ਤਨ ਵਾਹਿ ਗੁਰੂ ਜੀਓ ਜਪ ਤਾਪ ਸੰਜਮੋ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਸਤ ਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜਕ ਹਰ ਆਵੈ ਗੋ ਧੰਨ ਵਾਹਿਗੁਰੂ ਜੀਓ ਜੇ ਸਿਮਰਨ ਹੋਈ ਮੁਕਤ ਦੁਆਰ ਜਹੇ ਬੈਕੁੰਠ ਨਹੀਂ ਸੰਸਾਰ ਨਿਰਭਉ ਕੈ ਘਰ ਬਜਾਵੈ ਤੂਰ ਅਨਹਦ ਬਜਹਿ ਸਦਾ ਭਰਪੂਰ ਐਸਾ ਸਿਮਰਨ ਕਰ ਨਮਾਹ ਬੇਨੋ ਸਿਮਰਨ ਮੁਕਤ ਕਾਤਨਾਹਿ ਰਹਾ ਜਿਹ ਸਿਮਰਨ ਨਾਹੀ ਨਨਕਾਰੂ ਮੁਕਤ ਕਰੈ ਉਤਰੈ ਬਹੁ ਭਾਰ ਨਮਸਕਾਰ ਕਰ ਹਿਰਦੈ ਮਾ ਹੈ ਫਿਰ ਫਿਰ ਤੀਰ ਆਵਨ ਨਾ ਜਿਹ ਸਿਮਰਨ ਕਰਹੈ ਤੂੰ ਕੇਲ ਦੀਪਕ ਬਾੰਦ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮੋ ਕ੍ਰੋਧ ਵੇਖ ਕਾਢੀਲੇ ਮਾਰੂ ਜਿਹ ਸਿਮਰਨ ਤੇਰੀ ਗਤ ਹੋਇ ਸੋ ਸਿਮਰਨ ਰੱਖ ਕੰਠ ਪਰੋਇ ਸੋ ਸਿਮਰਨ ਕਰ ਨਹੀਂ ਰਾਖਿ ਉਤਾਰ ਗੁਰ ਪ੍ਰਸਾਦੀ ਉਤਰੈ ਪਾਰ ਜੇ ਸਿਮਰਨ ਨਾਹੀ ਤੋਹ ਕਾਲ ਮੰਦਰ ਸੁਵੈ ਪਟੰਬਰ ਤਾੜ ਸੀਜ ਸੁਖੜੀ ਬਿਗਸੈ ਜੀਉ ਸੋ ਸਿਮਰਨ ਤੂੰ ਅਨ ਦਿਨ ਪੀਓ ਜੇ ਸਿਮਰਨ ਤੇਰੀ ਜਾਇ ਬੜਾਈ ਜੇ ਸਿਮਰਨ ਤੁਝ ਪੂਹੈ ਨਮਾਈ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰੂ ਦਿਨ ਰਾਤ ਊਠਤ ਬੈਠਤ ਸਾਸ ਵਿਰਾਸ ਜਾਗੂ ਸੋਇ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜਿਹ ਸਿਮਰਨ ਨਾਹੀ ਤੁਜ ਪਾਰ ਸੋ ਸਿਮਰਨ RAM ਨਾਮੇ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸ ਕੇ ਆਗੇ ਤੰਤ ਨਾਮੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਮਹਾਰਾਜ ਨੇ ਸਤ ਸੰਗਤ ਦਾ ਉਤਮ ਸਮਾ ਬਖਸ਼ਿਸ਼ ਕੀਤਾ ਹੈ ਬੜੇ ਪ੍ਰੀਮ ਸਤਕਾਰ ਨਾਲ ਆਪ ਜੀ ਨੇ ਹਜ਼ੂਰ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ ਉਪਰੰਤ ਆਪ ਜੀ ਨੇ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਰਾਮਕਲੀ ਦੇ ਵਿੱਚੋਂ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 971 ਉਪਰੋਂ ਸਰਵਣ ਕੀਤਾ ਹੈ। ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਨਾਮ ਸਿਮਰਨ ਇਹਨਾਂ ਸ਼ਬਦਾਂ ਨੂੰ ਸਤਿਗੁਰੂ ਮਹਾਰਾਜ ਨੇ ਬਹੁਤ ਵਾਰ ਵਰਤਿਆ ਤੇ ਇਹਨਾਂ ਸ਼ਬਦਾਂ ਦੇ ਰਾਹੀਂ ਸਾਨੂੰ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਨ ਦੀ ਹਿਦਾਇਤ ਕੀਤੀ ਹੈ ਪ੍ਰੇਰਣਾ ਕੀਤੀ ਹੈ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਜਗਤ ਗੁਰੂ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਲੰਮਾ ਅਰਸਾ ਜੀਵਨ ਦਾ ਥਾਂ ਪੁਰਥਾਂ ਯਾਤਰਾ ਕਰਦੇ ਆ ਜਿਨ੍ਹਾਂ ਨੂੰ ਆਪਾਂ ਆਪਣੀ ਬੋਲੀ ਵਿੱਚ ਉਦਾਸੀਆਂ ਕਹਿੰਦੇ ਆ ਬਹੁਤ ਲੰਮੇਰੇ ਸਫਰ ਕਰਕੇ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਲੋਕਾਂ ਕੋਲ ਜਾ ਕੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਸ਼ਬਦ ਦੀ ਸਿੱਖਿਆ ਧਰਮ ਦਾ ਸੱਚਾ ਮਾਰਗ ਮਹਾਰਾਜ ਨੇ ਲੋਕਾਈ ਨੂੰ ਦ੍ਰਿੜ ਕਰਾਇਆ। ਉਹਨਾਂ ਸਮੇਂ ਦੇ ਅੰਦਰ ਸਭ ਤੋਂ ਵੱਡੀ ਧਾਰਮਿਕ ਸ਼੍ਰੇਣੀ ਵਿੱਚੋਂ ਇੱਕ ਸ਼੍ਰੇਣੀ ਸੀ ਜੋਗੀ ਲੋਕ। ਜਿਨ੍ਹਾਂ ਦਾ ਦਬਦਬਾ ਉਦੋਂ ਵੀ ਬਹੁਤ ਸੀ ਭਾਰਤ ਵਰਸ਼ ਵਿੱਚ ਅੱਜ ਵੀ ਬਹੁਤ ਹੈ। ਔਰ ਉਹਨਾਂ ਜੋਗੀਆਂ ਦੇ ਵਿੱਚੋਂ ਜਿਹੜੇ ਸ਼ਰਮੌਰ ਉਹਨਾਂ ਦੇ ਆਗੂ ਕਿਸਮ ਦੇ ਲੋਕ ਸਨ ਜਿਨ੍ਹਾਂ ਨੂੰ ਸਿੱਧ ਕਿਹਾ ਜਾਂਦਾ ਸੀ। ਇਹ ਉਹ ਲੋਕ ਸਨ ਜਿਹੜੇ ਸਾਲ ਵਿੱਚ ਕਦੇ ਕਦਾਈ ਮੈਦਾਨੀ ਇਲਾਕੇ ਵਿੱਚ ਕੇਵਲ ਤੀਰਥ ਯਾਤਰਾ ਵਾਸਤੇ ਆਉਂਦੇ ਸਨ ਆਪਣਾ ਭੋਜਨ ਅਤੇ ਆਦਿਕ ਇਕੱਠਾ ਕਰਦੇ ਤੇ ਫਿਰ ਪਹਾੜਾਂ ਦੀਆਂ ਕੰਧਰਾਂ ਤੇ ਗੁਫਾਵਾਂ ਵਿੱਚ ਚਲੇ ਜਾਂਦੇ ਉੱਥੇ ਲੰਮੀਆਂ ਯੋਗ ਸਾਧਨਾਵਾਂ ਸਾਧਦੇ ਸਰੀਰਾਂ ਨੂੰ ਤਪਾਉਂਦੇ ਖਪਾਉਂਦੇ ਬਹੁਤ ਕਠਨ ਸੰਘਰਸ਼ ਕਰਦੇ ਔਰ ਪਿੱਛੇ ਮਕਸਦ ਇਹ ਸੀ ਪੀਐਸਸੀ ਦੁਨੀਆ ਦੀ ਮਾਇਆ ਤੋਂ ਵਿਕਾਰ ਤੋਂ ਰਹਿ ਧੋ ਕੇ ਉਸ ਬ੍ਰਹਮ ਦੀ ਪ੍ਰਾਪਤੀ ਕਰਨੀ ਹੈ ਖੈਰ ਇਹ ਬਹੁਤ ਲੰਬਾ ਚੌੜਾ ਉਹਨਾਂ ਦਾ ਆਪਣਾ ਵਿਧਾਨ ਹੈ ਜਿਸ ਨੂੰ ਕੇਵਲ 2-4 ਸ਼ਬਦਾਂ ਜਾਂ ਗੱਲਾਂ ਦੇ ਰਹੀਂ ਸਮਝਿਆ ਨਹੀਂ ਜਾ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸਿੱਧ ਗੋਸ਼ਟ ਨਾਮ ਦੀ ਬਾਣੀ ਹੈ ਇਹ ਸਾਰੀ ਦੀ ਸਾਰੀ ਬਾਣੀ ਸਿਧਾਂ ਨਾਲ ਸੰਵਾਦ ਹੈ ਜੇ ਜੇ ਅਸੀਂ ਬਾਣੀ ਦਾ ਅਭਿਆਸ ਕਰੀਏ ਜਾਂ ਸਤਿਗੁਰੂ ਦੀ ਬਾਣੀ ਨੂੰ ਸਮਝਣ ਦਾ ਉਦਮ ਤੇ ਯਤਨ ਕਰੀਏ ਮਹਾਰਾਜ ਨੇ ਜੋਗ ਮਤ ਨਾਲ ਸੰਬੰਧਤ ਬਹੁਤ ਸਾਰੇ ਸ਼ਬਦਾਂ ਦੀ ਵਿਚਾਰ ਕੀਤੀ ਹੈ ਉਪਦੇਸ਼ ਦਿੱਤੇ ਨੇ ਤੇ ਉਹੋ ਜੀ ਸ਼ਬਦਾਵਲੀ ਮਹਾਰਾਜ ਨੇ ਬਾਣੀ ਵਿੱਚ ਵਰਤੀ ਹੈ ਖੈਰ ਮੈਂ ਉਸ ਪਾਸੇ ਨਾ ਜਾਵਾਂ ਜਿਸ ਵੇਲੇ ਹਜ਼ੂਰ ਸੁਮੇਰ ਪर्वਤ ਗਏ ਤਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਧਾ ਨੇ ਇੱਕ ਪ੍ਰਸ਼ਨ ਕੀਤਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਕੀਤਾ। ਉਹਨਾਂ ਨੇ ਕਿਉਂਕਿ ਬਡੇਰੀ ਉਮਰ ਦੇ ਸਨ ਗੁਰੂ ਸਾਹਿਬ ਸਰੀਰਕ ਰੂਪ ਵਿੱਚ ਉਹਨਾਂ ਦੇ ਸਾਹਮਣੇ ਸਰੀਰਕ ਆਯੂ ਵਿੱਚ ਛੋਟੇ ਸਨ। ਤੇ ਉਹ ਹੇ ਬਾਲਕੀ ਜਾਂ ਬਾਲਕ ਕਹਿ ਕੇ ਦੂਜਿਆਂ ਨੂੰ ਬੁਲਾਉਂਦੇ ਸਨ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਉਹਨਾਂ ਨੇ ਬਾਲਕ ਜਬ ਬਾਲੇ ਇਹ ਸ਼ਬਦਾਂ ਨਾਲ ਸਮੋਦਨ ਕੀਤਾ ਭਾਈ ਗੁਰਦਾਸ ਜੀ ਨੇ ਉਵੇਂ ਹੀ ਅੰਕਿਤ ਕੀਤਾ ਉਹਨਾਂ ਨੇ ਪੁੱਛਿਆ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੁਹੇ ਇੱਥੇ ਲਿਆਈ ਆਖਿਆ ਵੀ ਅਸੀਂ ਤਾਂ ਇਸ ਇੱਥੇ ਹੋਰ ਮਕਸਦ ਲਈ ਆਏ ਆ ਤੇਰੇ ਅੰਦਰ ਕੀ ਪ੍ਰੇਰਣਾ ਹੈ ਇਹੋ ਜੇ ਵਿਖਮ ਥਾਂ ਤੇ ਤੂੰ ਸਾਨੂੰ ਮਿਲਣ ਆਇਆ ਇਹਨਾਂ ਲੰਮਾ ਸਫ਼ਰ ਕੀਤਾ ਇੰਨੀ ਕਠਿਨਾਈ ਚੱਲੀ ਏ ਸਾਡੇ ਨਾਲ ਤੁਸੀਂ ਸੰਵਾਦ ਕਰਦੇ ਹੋ ਫਿਰ ਸਾਡੇ ਲਾਲਚ ਵਿੱਚ ਨਹੀਂ ਫਸੇ ਕਿਉਂਕਿ ਸਿੱਧਾਂ ਨੇ ਕਿਹਾ ਸੀ ਵੀ ਸਾਡੇ ਮਾਰਗ ਦੇ ਉੱਤੇ ਚੱਲੋ ਉਹਨਾਂ ਨੇ ਆਪਸ ਵਿੱਚ ਚਰਚਾ ਕੀਤੀ ਵੀ ਇਹਨਾਂ ਲਾਇਕ ਇਹਨਾਂ ਕੁੜਿਆ ਹੋਇਆ ਇਹਨਾਂ ਤਤਵੇਤਾ ਪੁਰਖ ਜੇ ਸਾਡੇ ਰਾਹ ਤੇ ਚੱਲ ਪਵੇ ਤੇ ਯੋਗ ਮਤ ਸਾਰੇ ਭਾਰਤ ਵਿੱਚ ਫੈਲ ਜਾਏ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲਿਵਾ ਬਾਲਾ ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜੈਲਾ ਜਿਹੋ ਜਾਰ ਇਹੋ ਜੀ ਸ਼ਖਸੀਅਤ ਜੋਗ ਧਾਰਨ ਕਰ ਲੈ ਸਾਡੇ ਪੰਥ ਚ ਆ ਜਾਏ ਤਾਂ ਜੋਗ ਮਤ ਦਾ ਪ੍ਰਕਾਸ਼ ਕਿੱਥੋਂ ਤੱਕ ਫੈਲ ਜਾਏ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਇਹ ਪ੍ਰਸ਼ਨ ਕੀਤਾ ਕੀ ਅੰਤਰ ਪ੍ਰੇਰਣਾ ਹੈ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਉੱਤਰ ਦਿੱਤਾ ਉਹ ਬੜਾ ਬਾਖਮਾਲ ਹੈ ਤਾਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਉੱਤਰ ਬਖਸ਼ਿਸ਼ ਕੀਤਾ ਉਹ ਇਹ ਸੀ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਕਹਿਣ ਲੱਗੇ ਗੁਰੂ ਦੀ ਸਹਬਤ ਗੁਰੂ ਦੀ ਸੰਗਤ ਗੁਰੂ ਦੇ ਸ਼ਬਦ ਦਾ ਅਭਿਆਸ ਪ੍ਰੇਰਣਾ ਪ੍ਰੇਮ ਗੁਰ ਸੰਗਤ ਦੂਜੀ ਕੀ ਹੈ ਜੇ ਬਾਣੀ ਬਾਣੀ ਦਾ ਅਰਥ ਹੈ ਪਰਮੇਸ਼ਰ ਦੀ ਸਿੱਖਤ ਸਲਾਹ ਵਾਹੀ ਗੁਰੂ ਦਾ ਨਾਮ ਪਰਮੇਸ਼ਰ ਦਾ ਚਿੰਤਨ ਇਸ ਤੋਂ ਬਿਨਾ ਮੇਰੇ ਕੋਲ ਹੋਰ ਕੋਈ ਆਸਰਾ ਨਹੀਂ ਹੋਰ ਕੋਈ ਆਧਾਰ ਨਹੀਂ ਇਹੀ ਮੇਰੇ ਜੀਵਨ ਦਾ ਆਧਾਰ ਹੈ ਪਰ ਸਾਰੀ ਉਮਰ ਮਹਾਰਾਜ ਨੇ ਇਸੇ ਚੀਜ਼ ਦੀ ਮਹਿਮਾ ਕੀਤੀ ਹੈ ਦੁਨੀਆ ਪਰ ਦੇ ਕਰਮਕਾਂਡ ਵਿਖਾਵੇ ਮਹਾਰਾਜ ਨੇ ਆਖਿਆ ਸਭ ਇਹਦੇ ਸਾਹਮਣੇ ਫਿੱਕੇ ਤੇ ਫੋਕਟ ਨੇ ਅਸੀਂ ਬਾਣੀ ਵਿੱਚੋਂ ਨਾਮ ਦੀ ਮਹਿਮਾ ਹੀ ਪੜਾਂਗੇ ਸਿਮਰਨ ਦਾ ਮਾਰਗ ਹੀ ਸਤਿਗੁਰੂ ਨੇ ਸਾਨੂੰ ਦ੍ਰਿੜ ਕਰਵਾਇਆ ਹੈ ਭਗਤ ਕਬੀਰ ਸਾਹਿਬ ਮਹਾਰਾਜ ਜਿਨ੍ਹਾਂ ਦਾ ਇਹ ਪਾਵਨ ਸ਼ਬਦ ਹੈ ਸਾਰੇ ਸ਼ਬਦ ਵਿੱਚ ਉਹਨਾਂ ਨੇ ਸਿਮਰਨ ਦੀ ਬਰਕਤ ਗਣਾਈ ਹੈ ਸਿਮਰਨ ਦੀ ਬਖਸ਼ਿਸ਼ ਉੱਤੇ ਚਰਚਾ ਕੀਤੀ ਹੈ ਵਿਚਾਰਦੇ ਹਾਂ ਰਹਾਉ ਦੇ ਬੰਦ ਵਿੱਚ ਫਰਮਾਉਂਦੇ ਨੇ ਭਗਤ ਸਹਿਬਾਨ ਕਹਿੰਦੇ ਨੇ ਐਸਾ ਸਿਮਰਨ ਕਰ ਮਨ ਮਾਹਿ ਐਸੇ ਦਾ ਮਤਲਬ ਹੈ ਇਹੋ ਜਿਹਾ ਸਿਮਰਨ ਕਰ ਆਪਣੇ ਮਨ ਵਿੱਚ ਕਿਹੋ ਜਿਹਾ ਇਹਦੀ ਵਿਆਖਿਆ ਉਹਨਾਂ ਨੇ ਸਾਰੇ ਸ਼ਬਦ ਵਿੱਚ ਕੀਤੀ ਹੈ ਇਸ ਪੰਕਤੀ ਨੂੰ ਸਮਝਣ ਲਈ ਜਦੋਂ ਅਸੀਂ ਬਾਕੀ ਸ਼ਬਦ ਨੂੰ ਸਾਹਮਣੇ ਰੱਖਾਂਗੇ ਸਾਰੇ ਬੰਦੋ ਦੇ ਵਿਚਾਰਾਂਗੇ ਕੱਲੀ-ਕੱਲੀ ਪੰਕਤੀ ਵਿਚਾਰਾਂਗੇ ਤਾਂ ਕੈਸਾ ਸਿਮਰਨ ਉਹਦੀ ਵਿਆਖਿਆ ਸਾਡੇ ਸਾਹਮਣੇ ਖੁੱਲ ਕੇ ਆ ਜਾਏਗੀ ਵੀ ਇਸ ਸਿਮਰਨ ਦੀ ਗੱਲ ਕਬੀਰ ਜੀ ਕਰਦੇ ਨੇ ਜਿਸ ਸਿਮਰਨ ਚਾਹ ਬਰਕਤਾਂ ਜਿਸ ਸਿਮਰਨ ਵਿੱਚ ਆਹ ਵਡਿਆਈਆਂ ਨੇ ਜਿਸ ਸਿਮਰਨ ਵਿੱਚੋਂ ਆਹ ਘਾਟਾਂ ਪੂਰੀਆਂ ਹੁੰਦੀਆਂ ਨੇ ਉਹ ਸਿਮਰਨ ਫਿਰ ਵੀ ਅਸੀਂ ਰਹਾਉ ਦੇ ਬੰਦ ਨੂੰ ਵਿਚਾਰਦੇ ਹਾਂ ਸਿਮਰਨ ਦਾ ਅਰਥ ਹੁੰਦਾ ਹੈ ਚਿੰਤਨ ਕਰਨਾ ਆਪਣੀ ਖਿਆਲ ਸ਼ਕਤੀ ਵਿੱਚ ਕੋਈ ਚੀਜ਼ ਲੈ ਕੇ ਆਉਣਾ ਯਾਦ ਰੱਖੀਏ ਸਾਡਾ ਸਰੀਰ ਜਾਂ ਸਾਡਾ ਸੁਭਾ ਸਾਡਾ ਕਰਮ ਸਾਡਾ ਸੰਸਕਾਰ ਇਹ ਸਾਰੀਆਂ ਚੀਜ਼ਾਂ 'ਚ ਥੋੜਾ ਥੋੜਾ ਡਿਫਰੈਂਸ ਹੈ ਆਪਾਂ ਕਹਿੰਦੇ ਹਾਂ ਬੰਦੇ ਦੇ ਬੰਦੇ ਦਾ ਸੁਭਾ ਇਹ ਹੋ ਜਾਏ ਤੇ ਸੁਭਾਅ ਵੀ ਕੁਝ ਚੀਜ਼ਾਂ ਨਾਲ ਬਣਿਆ ਐਵੇਂ ਨਹੀਂ ਬਣ ਗਿਆ ਇੱਕ ਸ਼ਬਦ ਵਰਤਿਆ ਜਾਂਦਾ ਹੈ ਸੰਸਕਾਰ ਗੁਰਬਾਣੀ ਦੇ ਅਰਥ ਕਰਨ ਵਾਲੇ ਟਿੱਕਾਕਾਰਾਂ ਨੇ ਸ਼ਬਦ ਬੜੀ ਵਾਰ ਵਰਤਿਆ ਜਿਹਨੂੰ ਲੇਖ ਕਹਿੰਦੇ ਨੇ ਨਾ ਆਪਾਂ ਲੇਖ ਸੰਸਕਾਰ ਪੱਕੀ ਹੋਈ ਗੱਲ ਲਿਖਤ ਹੋਈ ਗੱਲ ਉਹ ਸੰਸਕਾਰ ਵੀ ਪੱਕੇ ਹੋਏ ਸੁਭਾਅ ਦੇ ਨਾਲ ਬਣਦਾ ਪਹਿਲਾ ਪਹਿਲਾ ਸਟੈਪ ਆਉਂਦਾ ਹੈ ਆਦਤ ਦਾ ਦੂਜਾ ਆਉਂਦਾ ਹੈ ਸੁਭਾਅ ਦਾ ਤੀਜਾ ਆਉਂਦਾ ਹੈ ਸੰਸਕਾਰ ਆਦਤ ਸਮਝੋ ਵੀ ਕੱਚੀ ਪੈਨਸਲ ਨਾਲ ਜੇ ਲਿਖਿਆ ਜਾਂ ਪੂਰਨੇ ਪਾਏ ਨੇ ਸੁਭਾ ਹੈ ਵੀ ਜਿਨ੍ਹਾਂ ਪੂਰਨਿਆਂ ਦੇ ਉੱਤੇ ਤੁਸੀਂ ਪੈਨਸਲ ਦੇ ਨਾਲ ਲਿਖ ਦਿੱਤਾ ਹੈ ਤੇ ਸੰਸਕਾਰ ਉਹ ਹੈ ਵੀ ਤੁਸੀਂ ਪੱਕਾ ਪੈਨ ਲੈ ਕੇ ਪਰਮਾਨੈਂਟ ਮਾਰਕਰ ਨਾਲ ਲਕੀਰਾਂ ਮਾਰੀਆਂ ਨੇ ਜਿੰਨੀ ਪੱਕੀ ਲਕੀਰ ਹੈ ਉੰਨੀ ਔਖੀ ਮਿਟਣੀ ਹੈ ਉਹਨਾਂ ਉਹਨੇ ਸਮਾਂ ਲੈਣਾ ਹੈ ਉਹਨਾਂ ਉਹਨੇ ਉਹਦੇ ਲਈ ਸੰਘਰਸ਼ ਕਰਨਾ ਪੈਣਾ ਹੈ ਉਨੀ ਮਸ਼ਕਤ ਕਰਨੀ ਪੈਣੀ ਹੈ ਆਦਤ ਸੁਭਾਅ ਬਣਦੀ ਏ ਤੇ ਸੁਭਾਅ ਪੱਕ ਕੇ ਸੰਸਕਾਰ ਬਣਦਾ ਹੈ ਤੇ ਸੰਸਕਾਰ ਦੇ ਮੁਤਾਬਕ ਉਹਦੀ ਜਿਉਂ-ਜਿਉਂ ਪ੍ਰੈਕਟਿਸ ਹੁੰਦੀ ਜਾਂਦੀ ਉਹ ਹੋਰ ਗੂੜਾ ਹੋਰ ਗੂੜਾ ਉਹ ਇੰਨਾ ਗੂੜਾ ਉਸੇ ਨੂੰ ਮਹਾਰਾਜ ਨੇ ਕਿਹਾ ਵੀ ਮਾੜੇ ਸੰਸਕਾਰਾਂ ਦਾ ਲੇਖ ਐਡਾ ਪੱਕ ਜਾਂਦਾ ਤੁਸੀਂ ਖੰਨਲੀ ਨਹੀਂ ਵੇਖੀ ਪਿੰਡਾਂ ਵਿੱਚ ਸਰੋਂ ਆਦਕ ਦਾ ਤੇਲ ਕੱਢਣ ਲਈ ਕੋਲੂ ਹੁੰਦੇ ਸਨ ਕੋਲੂ ਨੂੰ ਸਾਫ਼ ਕਰਨ ਲਈ ਘਰ ਦਾ ਵਾਧੂ ਕਪੜਾ ਤੇਲੀ ਵਰਤਦੇ ਸਨ ਉਹ ਕੋਲੂ ਨੂੰ ਉਸ ਮਸ਼ੀਨ ਨੂੰ ਸਾਫ਼ ਕਰਦੇ ਸਨ ਤੇਲ ਲੱਗ ਲੱਗ ਕੇ ਮੈਲ ਤੇ ਮਿੱਟੀ ਲੱਗ ਲੱਗ ਕੇ ਉਹ ਕਪੜਾ ਆਪਣਾ ਰੂਪ ਹੀ ਗਵਾ ਲੈਂਦਾ ਸੀ ਉਹਨੂੰ ਤੁਸੀਂ 100 ਵਾਰ ਸਾਬਣ ਨਾਲ ਧੋ ਲਓ ਉਹ ਆਪਣੇ ਅਸਲੀ ਰੂਪ 'ਚ ਨਹੀਂ ਆਉਂਦਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਖੰਣਲੀ ਤੋਤੀ ਉਜਲੀ ਨਾ ਹੋਵੇ ਜੇ ਸੌਤ ਹੋਣ ਪਾ ਉਹ ਇਹ ਇੱਥੇ ਮਹਾਰਾਜ ਨੇ ਇਸ ਇਸ ਬੰਧ ਵਿੱਚ ਇਸ ਪੰਕਤੀ ਵਿੱਚ ਗੱਲ ਸੰਸਕਾਰ ਦੀ ਕੀਤੀ ਹੈ ਉਹ ਜਿਹੜੀ ਮੈਲ ਹੈ ਨਾ ਜਿਹੜੀ ਜਨਮ ਜਨਮ ਦੀ ਜਾਨੀ ਕਿ ਜਮਦੀ ਗਈ ਮੈਲ ਇਕੱਠੀ ਹੁੰਦੀ ਗਈ ਤੇ ਸੁਰਤ ਆਤਮਾ ਆਪਣਾ ਅਸਲ ਵਜੂਦ ਰੂਪ ਗਵਾ ਬੈਠੀ ਆਪਣਾ ਸਰੂਪ ਭੁੱਲ ਬੈਠੀ ਉਸ ਸਰੂਪ ਤੱਕ ਲੈ ਕੇ ਜਾਣ ਵਾਲਾ ਜਿਹੜਾ ਸਟਰਗਲ ਮਜਾ ਨਹੀਂ ਮਹਾ ਮੂੜੇ ਇਨਸਾਨ ਜਦੋਂ ਗੁਰੂ ਕੋਲ ਆਉਂਦਾ ਤੇ ਗੁਰੂ ਕੋਸ਼ਿਸ਼ ਕਰਦਾ ਇਹਨੂੰ ਮੈਂ ਉਜੜਾ ਕਰ ਦਿਆਂ ਤੁਸੀਂ ਸੋਚ ਕੇ ਵੇਖੋ ਜਿਹੜੇ ਕੱਪੜੇ ਤੇ ਦਾਗ ਪੈ ਜਾ ਤੁਸੀਂ ਘੰਟਾ ਭਾਰ ਉਹਨੂੰ ਰਗੜਦੇ ਰਹੋ ਤੇ ਅੱਕ ਕੇ ਤੁਸੀਂ ਸੁੱਟ ਦਿੰਦੇ ਹੋ ਵੀ ਇਹ ਯੱਬ ਮੇਰੇ ਕੋਲੋਂ ਨਹੀਂ ਹੋਣਾ ਨਵਾਂ ਲੈ ਆਉਂਗਾ ਇਹ ਨਹੀਂ ਤੁਪਣਾ ਸੋਚਿਓ ਕਦੇ ਗੁਰੂ ਤੋਂ ਸਦਕੇ ਜਾਣ ਨੂੰ ਜੀ ਨਹੀਂ ਕਰਦਾ ਕਦੇ ਉਹ ਸਾਨੂੰ ਥੱਕਾ ਨਹੀਂ ਦਿੰਦਾ ਤੇ ਧੋਂਦਾ ਹੀ ਰਹਿੰਦਾ ਕਦੇ ਉਹ ਨਹੀਂ ਕਹਿੰਦਾ ਮੈਂ ਤੈਨੂੰ ਨਹੀਂ ਸਵਾਰ ਸਕਦਾ ਅਸੀਂ ਮੁਕਰ ਜਾਂਦੇ ਹਾਂ ਮੁਨਕਰ ਹੋ ਜਾਂਦੇ ਅਸੀਂ ਕਹਿੰਦੇ ਨਹੀਂ ਮਹਾਰਾਜ ਤੁਸੀਂ ਛੱਡੋ ਖਿਹੜਾ ਸਾਨੂੰ ਉਹੋ ਜੀਵਨ ਹੀ ਚੰਗਾ ਹੈ ਗੁਰੂ ਨਾ ਆਕਦਾ ਨਾ ਥੱਕਦਾ ਨਾ ਧੱਕਾ ਦਿੰਦਾ ਨਾ ਸਾਡੀ ਬਾਹ ਛੱਡਦਾ ਸਤਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਵੇ ਇਹੀ ਤੇ ਗੁਰੂ ਦੀ ਵਡਿਆਈ ਹੈ ਇਹੀ ਤੇ ਗੁਰੂ ਦਾ ਕਰਤਵ ਹੈ ਗੁਰੂ ਚ ਨਰਾਜ਼ਗੀ ਨਹੀਂ ਕ੍ਰੋਧ ਨਹੀਂ ਗੁੱਸਾ ਨਹੀਂ ਗੁਰੂ ਸਾਡੀ ਹਾਲਤ ਤੇ ਖਿਜਦਾ ਵੀ ਨਹੀਂ ਕਿਉਂਕਿ ਖਿਜਦਾ ਜਦੋਂ ਬੰਦਾ ਤੇਦਾ ਮਤਲਬ ਹੈ ਕ੍ਰੋਧ ਦਾ ਅੰਸ਼ ਤੁਹਾਡੇ ਅੰਦਰ ਹੈ ਖਿਜਦਾ ਵੀ ਨਹੀਂ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਤੇ ਇਸ ਦਾ ਬੁਰਾ ਕਿਉਂ ਹੋਏ ਕਿੰਨਾ ਔਖਾ ਕਾਰਜ ਕਰਦਾ ਹੈ ਗੁਰੂ ਮੈਲ ਅਸੀਂ ਇਕੱਠੀ ਕਰਦੇ ਆਂ ਤੋਂ ਦਾ ਗੁਰੂ ਹੈ ਉਜਲਿਆ ਸਾਨੂੰ ਉਹ ਕਰਦਾ ਤੇ ਕਰਦਾ ਹੀ ਰਹਿੰਦਾ ਅਸੀਂ ਉਹਦੇ ਕੋਲ ਨਾ ਆਈਏ ਅਸੀਂ ਦੌੜੀਏ ਅਸੀਂ ਉਜਲੇ ਹੋਣਾ ਨਾ ਚਾਹੀਓ ਉਹ ਗੱਲ ਵੱਖਰੀ ਹੈ ਪਰ ਜਿਸ ਨੇ ਆਪਣਾ ਆਪ ਗੁਰੂ ਦੇ ਸਾਹਮਣੇ ਰੱਖ ਕੇ ਆਖਿਆ ਮਹਾਰਾਜ ਮੈਂ ਉਜਲਾ ਹੋਣਾ ਆ ਗੁਰੂ ਸਾਡੀ ਜਨਮਾਂ ਦੀ ਮੈਲ ਵੇਖ ਕੇ ਵੀ ਸਾਨੂੰ ਨਫ਼ਰਤ ਨਹੀਂ ਕਰਦਾ ਸਾਨੂੰ ਤੱਕਾ ਨਹੀਂ ਦਿੰਦਾ ਇਹੀ ਉਹਦੀ ਵਡਿਆਈ ਹੈ। ਇਹੀ ਉਹਦੇ ਵੱਡੇ ਹੋਣ ਦਾ ਪ੍ਰਮਾਣ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਐਸਾ ਸਿਮਰਨ ਕਰ ਉਹ ਜਿਹੜਾ ਸੰਸਕਾਰ ਹੈ ਨਾ ਉਹ ਕਾਦੇ ਨਾਲ ਬਣਿਆ ਹੈ। ਉਹ ਜਿਹੜਾ ਸੁਭਾਅ ਬਣਿਆ ਹੈ ਜਿਹੜੀ ਆਦਤ ਅਪਣਾਈ ਉਹ ਕਾਦੇ ਨਾਲ ਬਣੀ ਹੈ? ਚਿੰਤਨ ਨਾਲ। ਜਿਹੜੀ ਚੀਜ਼ ਅੰਦਰ ਚੱਕਰ ਕੱਟਦੀ ਰਹੀ ਹੈ ਜਿਹੜਾ ਖਿਆਲ, ਜਿਹੜਾ ਸੰਕਲਪ ਉਹ ਚੱਕਰ ਕੱਟਦਿਆਂ ਕੱਟਦਿਆਂ ਜਗ੍ਹਾ ਬਣਾਉਂਦਾ ਗਿਆ ਉਹ ਆਪਣੇ ਵਰਗੇ ਹੋਰ ਭੇੜੇ ਖਿਆਲਾਂ ਨੂੰ ਵਾਜਾਂ ਮਾਰਦਾ ਰਿਹਾ ਤੇ ਜਿਵੇਂ ਇੱਕ ਚੋਰ ਚਾਰ ਚੋਰ ਇਕੱਠੇ ਕਰਕੇ ਢਾਣੀ ਬਣਾ ਲੈਂਦਾ ਇੱਕ ਨਸ਼ੇੜੀ ਚਾਰ ਹੋਰ ਨਸ਼ੇੜੀਆਂ ਨੂੰ ਇਕੱਠੇ ਕਰਕੇ ਆਪਣਾ ਗੈਂਗ ਬਣਾ ਲੈਂਦਾ ਇੱਕ ਰੋਗ ਸਰੀਰ ਨੂੰ ਲੱਗੇ ਤੇ ਉਹ ਉਹਦਾ ਇਲਾਜ ਨਾ ਕੀਤਾ ਜਾਏ ਤੇ ਹੋਰ ਕਈ ਬਿਮਾਰੀਆਂ ਨੂੰ ਹੋਰੀ-ਹੋਰੀ ਸੱਦਾ ਦੇ ਕੇ ਤੇ ਸਰੀਰ ਨੂੰ ਬਿਮਾਰੀ ਗ੍ਰਸਤ ਕਰ ਦਿੰਦਾ ਇਸੀ ਤਰ੍ਹਾਂ ਗੁਣ ਵੀ ਗੁਣ ਨੂੰ ਖਿੱਚਦੇ ਇਸੇ ਤਰ੍ਹਾਂ ਅੰਦਰ ਦੇ ਭੈੜੇ ਖਿਆਲ ਹੋਰ ਭੈੜੇ ਖਿਆਲਾਂ ਨੂੰ ਸੱਦਾ ਦਿੰਦੇ ਨੇ ਰਾਹ ਖੁੱਲਦੇ ਜਾਂਦੇ ਨੇ ਬੰਦਾ ਸਫਰ ਕਰਦਾ ਜਾਂਦਾ ਹੁਣ ਉਹਨੂੰ ਕਾਦੇ ਨਾਲ ਕੱਟਿਆ ਜਾ ਸਕਦਾ ਹੈ ਭੈੜੇ ਚਿੰਤਨ ਨੂੰ ਚੰਗੇ ਚਿੰਤਨ ਨਾਲ ਹੀ ਕੱਟਿਆ ਜਾ ਸਕਦਾ ਉਹਦਾ ਹੋਰ ਕੋਈ ਦੂਜਾ ਤਰੀਕਾ ਹੀ ਨਹੀਂ ਗੁਰੂ ਸਾਹਿਬ ਨੇ ਇਸੇ ਕਰਕੇ ਗਿਆਨ ਦਾ ਵਾਅਦਾ ਇੱਥੇ ਗਿਆਨ ਦਾ ਅਰਥ ਨੌਲੇਜ ਨਹੀਂ ਹੈ ਇਥੇ ਗਿਆਨ ਦਾ ਅਰਥ ਹੈ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਸਵੈ ਸੋਝੀ ਆਪਣੇ ਆਤਮ ਰੂਪ ਨੂੰ ਜਾਣਨ ਦੀ ਕਲਾ ਉਹਨੂੰ ਗਿਆਨ ਕਿਹਾ ਇਹਨੇ ਵੀ ਮੈਂ ਕੋ ਪੁਸਤਕ ਪੜ੍ਹ ਰਿਆਂ ਤਾਂ ਉਹਦੇ ਚ ਮੈਨੂੰ ਆ ਗੱਲ ਪਤਾ ਲੱਗੀ ਗਿਆਨ ਆ ਗਿਆ ਨਹੀਂ ਉਹ ਪਤਾ ਹੋਣ ਨੂੰ ਕੀ ਹੈ ਉਹ ਤੁਹਾਡੀ ਬੁੱਧ ਚ ਲਿਖੀ ਕਿਤਾਬ ਚ ਲਿਖੀ ਇੱਕੋ ਗੱਲ ਹੈ ਉਹ ਜੋ ਕਮਾਈ ਗਈ ਜੀਵੀ ਗਈ ਉਹਨੂੰ ਗਿਆਨ ਕਿਹਾ ਮਹਾਰਾਜ ਉਹਨੂੰ ਗਿਆਨ ਕਿਹਾ ਤੋ ਇਸ ਕਰਕੇ ਜ਼ੁਰ ਕਹਿੰਦੇ ਐਸਾ ਸਿਮਰਨ ਕਰ ਮਨ ਮਾਹੇ ਮਹਾਰਾਜ ਇਸ ਸਿਮਰਨ ਦੀ ਬਰਕਤ ਨਾਲ ਕੀ ਹੋਵੇਗਾ ਪਾਤਸ਼ਾਹ ਜੀ ਫਰਮਾਉਂਦੇ ਨੇ ਬਿਨ ਸਿਮਰਨ ਮੁਕਤ ਘਤ ਨਾਏ ਇੱਕ ਗੱਲ ਚੇਤਾ ਰੱਖ ਲਈ ਇਸ ਤੋਂ ਬਿਨਾ ਛਟਕਾਰਾ ਕਿਸੇ ਹੋਰ ਤਰੀਕੇ ਨਾਲ ਨਹੀਂ ਹੋਣਾ ਉਹ ਤਰੀਕੇ ਲੱਭਦਾ ਸਰੀਰ ਦੀਆਂ ਚੁੱਭੀਆਂ ਲਵਾਵਾਂਗਾ ਤੀਰਥਾਂ ਉਤੇ ਜਾ ਕੇ ਮੈਂ ਫਲਾ ਕੰਮ ਕਰ ਲਾਂਗਾ ਕਿਸੇ ਦੇ ਦਸਿਆਂ ਜੁਗਤਾ ਅਪਣਾ ਲਵਾਂਗਾ ਕੋਈ ਵੀ ਆਪਣਾ ਹੈ ਭੜੇ ਸੰਸਕਾਰਾਂ ਤੋਂ ਬਿਨਾ ਸਿਮਰਨ ਤੋਂ ਤੂੰ ਛੁੱਟ ਨਹੀਂ ਸਕਣਾ। ਇਹੀ ਛੁਟਕਾਰੇ ਦਾ ਇੱਕੋ ਮਾਤਰ ਸਾਧਨ ਹੈ। ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਅਧਰ ਹਜ਼ੂਰ ਪਹਿਲੇ ਬੰਦ ਵਿੱਚ ਫਰਮਾਉਂਦੇ ਨੇ। ਪਾਤਸ਼ਾਹ ਕਹਿੰਦੇ ਨੇ ਜੇ ਸਿਮਰਨ ਹੋਏ ਮੁਕਤ ਦਵਾਰ ਰਹਾਉ ਦੇ ਬੰਦ ਜੀ ਕਹਿਆ ਸੀ ਨਾ ਐਸਾ ਸਿਮਰਨ। ਕਿਹੋ ਜਿਹਾ ਹਜ਼ੂਰ ਕਹਿੰਦੇ ਜੇ ਸਿਮਰਨ ਜੇ ਸਿਮਰਨ ਦੀ ਬਰਕਤ ਨਾਲ ਓਏ ਮੁਕਤ ਦਵਾਰ ਇਹ ਬੰਦਾ ਇੱਕ ਕੈਦਖਾਨੇ ਚ ਹੈ ਉਹਨੂੰ ਰਾਹ ਨਹੀਂ ਲੱਭਦਾ ਵੀ ਮੈਂ ਕਿੱਦਾਂ ਨਿਕਲਾਂ ਇਹ ਤੋ ਛਟਕਾਰਾ ਅਚਾਨਕ ਦਰਵਾਜ਼ੇ ਖੁੱਲ ਜਾਣ ਉਹਨੂੰ ਕੈਦਖਾਨੇ ਚ ਮੁਕਤੀ ਮਿਲ ਜਾ ਅਸੀਂ ਕੈਦ ਆ ਆਪਣੇ ਅੰਦਰ ਦੀਆਂ ਤੰਗ ਦਿਲੀਆਂ ਵਿੱਚ ਅਗਿਆਨ ਦੇ ਪਿੰਜਰੇ ਵਿੱਚ ਅਗਿਆਨ ਦੇ ਕੈਦਖਾਨੇ ਵਿੱਚ ਸਿਮਰਨ ਹੀ ਉਹਨਾਂ ਦਰਵਾਜ਼ਿਆਂ ਨੂੰ ਖੋਲਦਾ ਹੈ ਇਸ ਕੈਦਖਾਨੇ ਚੋਂ ਅਸੀਂ ਬਾਹਰ ਨਿਕਲ ਆਈਏ ਇਹ ਗੁਲਾਮੀ ਭੂਗ ਰਹਾ ਹਾਂ ਸੀ ਆਪਣੇ ਇਹਨੂੰ ਸੂਫੀ ਕਹਿੰਦੇ ਸਨ ਬੰਦਾ ਨਫਸ ਦਾ ਗੁਲਾਮ ਹੈ ਸੂਫੀਆਂ ਦੀ ਧਾਰਾ ਨੂੰ ਜਦੋਂ ਪੜ੍ਹੀਓ ਕਹਿੰਦੇ ਬੰਦਾ ਨਫਸ ਨਫਸ ਦਾ ਮਤਲਬ ਹੁੰਦਾ ਹੈ ਮਨ ਦੇ ਭੜੇ ਖਿਆਲਾਂ ਦੇ ਚੱਕਰ ਵਿੱਚ ਫਸਿਆ ਹੈ ਉਹਦੇ ਚੋਂ ਨਹੀਂ ਨਿਕਲ ਪਾ ਰਿਹਾ ਜਿਸ ਦੇ ਉਹਦੇ ਚੋਂ ਨਿਕਲਣ ਦੀ راہ ਲੱਭ ਗਿਆ ਈ ਅੱਲਾ ਨੂੰ ਪਛਾਣ ਲਵੇਗਾ ਆਪਣੇ ਵਜੂਦ ਨੂੰ ਪਛਾਣ ਲਵੇ ਇਸ ਵਾਸਤੇ ਜੇ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਕਹਿੰਦੇ ਨੇ ਇਹੀ ਸੱਚ ਦੇ ਘਰ ਵਿੱਚ ਪ੍ਰਵੇਸ਼ ਕਰਨ ਦਾ ਮਾਰਗ ਹੈ ਜਿਹੜਾ ਇਸ ਰਾਹ ਤੇ ਤੁਰਦਾ ਉਹ ਸੱਚ ਦੇ ਮੰਡਲ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਨਾ ਹੀ ਸੰਸਾਰ ਇਹ ਸੰਸਾਰ ਉਹਦੇ ਤੇ ਪ੍ਰਭਾਵ ਨਹੀਂ ਪਾ ਸਕਦਾ ਬਦੀ ਉਹਦੇ ਤੇ ਆ ਵੀ ਨਹੀਂ ਹੁੰਦੀ ਪਾਪ ਉਹਦੇ ਤਿਹਾਵੀ ਨਹੀਂ ਹੁੰਦਾ ਵਿਕਾਰ ਉਹਦੇ ਤੇਹਾਵੀ ਨਹੀਂ ਹੁੰਦਾ ਨਿਰਪਉ ਕੈ ਘਰ ਵਜਾਵੇਂ ਤੂਰ ਜਿਵੇਂ ਕਿਸੇ ਦੇ ਘਰ ਖੁਸ਼ੀ ਦਾ ਸਮਾ ਹੋਵੇ ਤੇ ਵਾਜੇ ਵੱਜਦੇ ਨੇ ਸੰਗੀਤ ਗੂੰਜਦਾ ਹੈ ਕਹਿੰਦੇ ਨੇ ਉਹ ਨਿਰਪਉ ਕੈ ਘਰ ਨਿਰਪਉ ਦਾ ਅਰਥ ਹੁੰਦਾ ਹੈ ਜਿੱਥੇ ਭੈ ਕੋਈ ਨਹੀਂ ਸੰਸਾਰ ਨਹੀਂ ਡਰ ਕਿੱਥੋਂ ਪੈਦਾ ਹੁੰਦੇ ਨੇ ਜਿਹੜੇ ਸਾਡੇ ਅੰਦਰ ਡਰ ਇੱਕ ਤਾਂ ਹੁੰਦਾ ਨਾ ਬਾਹਰ ਕਿਸੇ ਭੇੜੇ ਮਨੁੱਖ ਨੂੰ ਵੇਖਿਆ ਤੇ ਅਸੀਂ ਰਸਤਾ ਬਦਲ ਇਸ ਦਰ ਦੀ ਗੱਲ ਨਹੀਂ ਹੋ ਰਹੀ ਇਹ ਵਿਕਤੀ ਚੀਜ਼ਾਂ ਇੱਕ ਸਹਿਮ ਸਾਡੇ ਅੰਦਰ ਹੈ ਜਿਹੜਾ ਇਕੱਠਾ ਹੁੰਦਾ ਜਾਂਦਾ ਹੈ ਜਿਹੜਾ ਸਾਨੂੰ ਆਪਣੇ ਆਪ ਤੋਂ ਪੈਦਾ ਹੁੰਦਾ ਹੈ ਸੋ ਡਰ ਹੈ ਜੇ ਪਾਪ ਕਰਾਂ ਪਾਪ ਦਾ ਪਰਛਾਵਾਂ ਹੈ ਡਰ ਜਿੱਥੇ ਗੁਨਾਹ ਹੈ ਗੁਨਾਹ ਦੇ ਜਾਰ ਹੋਣ ਦਾ ਡਰ ਸਦਾ ਹੀ ਬੰਦੇ ਅੰਦਰ ਬਣਿਆ ਰਹੇਗਾ ਉਹਦੇ ਤੋਂ ਛੁਟਕਾਰਾ ਨਹੀਂ ਪਾ ਸਕਦਾ ਉਹ ਆਪਣੇ ਅੰਸ਼ ਆਪਣੇ ਨਿਸ਼ਾਨ ਆਪਣੇ ਰਿਦੇ ਵਿੱਚ ਬੰਦੇ ਦੇ ਅੰਦਰ ਛੱਡਦਾ ਹੈ ਜੇ ਬੰਦਾ ਤੁਰਦਾ ਹੈ ਨਾ ਤੋ ਦਾ ਪਰਛਾਵਾਂ ਉਹਦੇ ਨਾਲ ਨਾਲ ਹੀ ਰਹਿੰਦਾ ਹੈ ਡਰ ਪਾਪ ਦਾ ਪਰਛਾਵਾਂ ਹੈ ਉਹਦੇ ਤੋਂ ਵੱਖਰਾ ਨਹੀਂ ਹੋ ਸਕਦਾ ਸਹਿਮ ਪਾਪ ਦੇ ਵਿੱਚੋਂ ਪੈਦਾ ਹੁੰਦਾ ਹੈ ਕਰਮੀ ਸਹਿ ਨਾ ਉਪਜੈ ਵਿਣ ਸਹਿਜੈ ਸੰਸਾ ਨਾ ਜਾਏ ਨਹ ਜਾਏ ਸੰਸਾ ਕਿਤੇ ਸੰਜਮ ਰਹਿ ਕਰਮ ਕਮਾਏ ਸੰਸਾ ਜੀਓ ਮਲੀਨ ਜਿਨਨੇ ਸਹਿਮ ਅੰਦਰ ਪੈਦਾ ਹੋਣਗੇ ਉਹਨਾਂ ਜੀ ਮੈਲਾ ਹੋਏਗਾ। ਹਜ਼ੂਰ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਨੇ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਭਉ ਕੈ ਘਰ تیਰਾ ਵਾਸਾ ਨਿਰਭਉ ਅਵਸਥਾ ਜਿੱਥੇ ਕੋਈ ਸਹਿਮ ਨਹੀਂ ਅੰਦਰ ਨਿਰਪੈਤਾ ਦਾ ਸੰਚਾਰ ਹੋਏਗਾ। ਵਜਾਵੈ ਤੂਰ ਐਸਾ ਆਨੰਦ ਦਾ ਤੇਰੇ ਅੰਦਰ ਮਾਹੌਲ ਬਣੇਗਾ। ਅਨਹਦ ਵਜੈ ਸਦਾ ਭਰਪੂਰ ਮਨ ਨੂੰ ਖੁਸ਼ੀ ਦੇ ਵਾਜੇ ਵੱਜਪੈ ਆਨੰਦ ਦਾ ਪ੍ਰਭਾਵ ਤੇਰੇ ਅੰਦਰ ਪੈ ਗਿਆ ਔਰ ਐਸਾ ਆਨੰਦ ਜਿਹੜਾ ਕਦੇ ਖਤਮ ਨਹੀਂ ਹੋਏਗਾ ਐਸੀ ਖੁਸ਼ੀ ਐਸਾ ਸਹਜ ਜਿਹੜਾ ਬਾਹਰ ਦੀ ਕਿਸੇ ਵਸਤੂ ਦਾ ਮਥਾਜ ਹੀ ਨਹੀਂ ਫਰਮਾਇਆ ਹਜ਼ੂਰ ਨੇ ਜੇ ਸਿਮਰਨ ਨਾ ਹੀ ਨਨਕਾਰ ਵਿਕਾਰ ਤੇਰੇ ਰਸਤੇ ਦੀ ਰੁਕਾਵਟ ਤੂੰ ਕ੍ਰੋਧ ਹੱਥੋਂ ਜਲੀਲ ਨਹੀਂ ਹੋਏਗਾ ਕਾਮ ਹੱਥੋਂ ਜਲੀਲ ਨਹੀਂ ਹੋਏਗਾ ਵਾਸ਼ਨਾ ਹੱਥੋਂ ਹੰਕਾਰ ਹੱਥੋਂ ਜਲੀਲ ਨਹੀਂ ਹੋਏਗਾ ਇਹ ਤੇਰੀ ਸੁਰਤ ਤੇ ਰਾਜ ਨਹੀਂ ਕਰ ਸਕਣਗੇ ਮਹਾਰਾਜ ਕਹਿੰਦੇ ਮੁਕਤ ਕਰੈ ਉਤਰੈ ਬੋਪਾਰ ਸਿਮਰਣੀ ਤੈਨੂੰ ਇਹਨਾਂ ਵਿਕਾਰਾਂ ਦੇ ਬੋਝ ਤੋਂ ਮੁਕਤ ਕਰ ਸਕਦਾ ਹੈ ਤੇਰਾ ਭਾਰ ਹੌੜਾ ਕਰ ਸਕਦਾ ਹੈ। ਇਹੀ ਤੇਰੀ ਸੁਰਤ ਤੋਂ ਭਾਰ ਲਾ ਸਕਦਾ ਔਰ ਕੋਈ ਤਾਕਤ ਨਹੀਂ ਲਾ ਸਕਦੀ। ਮਹਾਰਾਜ ਕਹਿੰਦੇ ਨਮਸ਼ਕਾਰ ਕਰ ਹਿਰਦੈ ਮਾਹੇ। ਆਪਣੇ ਹਿਰਦੇ ਕਰਕੇ ਇਸ ਸਿਮਰਨ ਦੀ ਬਰਕਤ ਦੇ ਸਾਹਮਣੇ ਨਿਉ। ਉਹਦੇ ਅੱਗੇ ਝੋਕ। ਭਾਵ ਇਹਦਾ ਜਦੋਂ ਆਪਾਂ ਕਹਿੰਦੇ ਨਾ ਮਹਾਰਾਜ ਦੀ ਬਾਣੀ ਵਿੱਚ ਕਹਿੰਦੇ ਹਿਰਦੇ ਤੋਂ ਨਮਸ਼ੇ ਨਮਸ਼ਕਾਰ ਕਰ ਇਹਦਾ ਮਤਲਬ ਹੁੰਦਾ ਹੈ ਅੰਦਰ ਨਿਰਮਾਨਤਾ ਲਿਆ ਸਭ ਗਰੂਰ ਛੱਡ ਦੇ ਸਭ ਮਾਣ ਤਿਆਗ ਦੇ ਅੰਦਰ ਆਜ ਜੀ ਲੈ ਕੇ ਆਮ ਮਸਕੀਨ ਖੁਦਾਈ ਬੰਦੇ ਨਮਸ਼ਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਬਨਣਾ ਹੈ ਫਿਰ ਤੂੰ ਮੋੜ ਮੋੜ ਕੇ ਆਵਾ ਗਵਣ ਦੇ ਸੁਰ ਤੱਕ ਆਵਾ ਗਵਣ ਦੇ ਚੱਕਰ ਵਿੱਚ ਨਹੀਂ ਪਏਗਾ ਜੇ ਸਿਮਰਨ ਕਰੇ ਤੂੰ ਕੀ ਕੇਲ ਦਾ ਅਰਥ ਹੁੰਦਾ ਹੈ ਖੁਸ਼ੀ ਵਿੱਚ ਉਤਸ਼ਾਹ ਵਿੱਚ ਰਹਿਣਾ ਇਹ ਸਿਮਰਣੀ ਤੇਨੂੰ ਆਤਮਿਕ ਹੁਲਾਰਿਆਂ ਵਿੱਚ ਤੇ ਉਤਸ਼ਾਹ ਵਿੱਚ ਰੱਖ ਸਕਦਾ ਹੈ ਤੇਰੇ ਅੰਦਰ ਦੀ ਉਦਾਸੀ ਤੇ ਮਾਇੂਸੀ ਦੂਰ ਕਰ ਸਕਦਾ ਹੈ ਦੀਪਕ ਬਾੰਦ ਧਰਿਓ ਬਿਨ ਤੇਲ ਇਹ ਉਹ ਦੀਵਾ ਜਿਹੜਾ ਬਿਨਾ ਤੇਲ ਤੋਂ ਲੱਗਦਾ ਬਿਨ ਤੇਲ ਦੀਵਾ ਏ ਉਹ ਜਗਦਾ ਕਰਚਾਨਨ ਸਾਹਿਬ ਤੋਂ ਮਿਲਿਆ ਜਾਨੀ ਇਹ ਉਹ ਪ੍ਰਕਾਸ਼ ਜਿਹੜਾ ਡਿਪੈਂਡਡ ਨਹੀਂ ਬਾਹਰ ਦੀ ਕਿਸੇ ਵਸਤੂ ਤੇ ਨਿਰਭਰ ਨਹੀਂ ਕਿਸੇ ਕਰਮकांड ਦਾ ਮੁਤਾਜ ਨਹੀਂ ਸੋ ਦੀਪਕ ਅਮਰਕ ਸੰਸਾਰ ਇਹ ਅੰਦਰ ਜਗਦਾ ਹੋਇਆ ਦੀਵਾ ਹੀ ਤੈਨੂੰ ਅਮਰ ਕਰ ਸਕਦਾ ਹੈ ਆਤਮਿਕ ਜੀਵਨ ਦੇ ਸਕਦਾ ਹੈ ਜਿੱਥੇ ਆਤਮਿਕ ਮੌਤ ਨਹੀਂ ਵਿਆਪਦੀ ਅੰਦਰੋਂ ਬੰਦਾ ਕੁੱਟ-ਕੁੱਟ ਕੇ ਨਹੀਂ ਮਰਦਾ ਕਾਮ ਕ੍ਰੋਧ ਵਿਖ ਕਾਢੀ ਲੈ ਮਾਰ ਕਾਮ ਦਾ ਜ਼ਹਿਰ ਕ੍ਰੋਧ ਦਾ ਜ਼ਹਿਰ ਤੇਰੇ ਅੰਦਰੋਂ ਮਾਰ ਕੇ ਕੱਢ ਦਿੰਦਾ ਇਸ ਜ਼ਹਿਰ ਤੋਂ ਤੂੰ ਮੁਕਤ ਹੋ ਜਾਣਾ ਜੇ ਸਿਮਰਨ ਤੇਰੀ ਗਤ ਹੋਏ ਗਤ ਦਾ ਅਰਥ ਹੈ ਜੀ ਉੱਚੀ ਅਵਸਥਾ ਸੋ ਸਿਮਰਨ ਰੱਖ ਕੰਠ ਪਰ ਜਿਵੇਂ ਕੋਈ ਗਲੇ ਚ ਗਹਿਣਾ ਪਾ ਲੈਂਦਾ ਹੈ ਇਹ ਵੀ ਇਹਨੂੰ ਸ਼ਿੰਗਾਰ ਬਣਾ ਆਪਣੇ ਕੰਠ ਦਾ ਸਦਾ ਇਸ ਸਿਮਰਨ ਦੇ ਪ੍ਰਭਾਵ ਚ ਰੱਖ ਆਪਣੀ ਰਸਨਾ ਨੂੰ ਕੰਠ ਨੂੰ ਸੋ ਸਿਮਰਨ ਕਰ ਨਹੀਂ ਰੱਖ ਉਤਾਰ ਇਹ ਨਾਮ ਦਾ ਗਹਿਣਾ ਪਹਿਨ ਇਹਨੂੰ ਲਾ ਕੇ ਨਾ ਰਖੀ ਇਹ ਲਾਉਣ ਵਾਲਾ ਨਹੀਂ ਗੁਰਪ੍ਰਸਾਦੀ ਉਤਰੇ ਪਾਰ ਗੁਰੂ ਦੀ ਕਿਰਪਾ ਜਦੋਂ ਹੋਈ ਇਹ ਸਿਮਰਨ ਦੀ ਦਾਤ ਤੈਨੂੰ ਮਿਲੀ ਤੇਰਾ ਸੰਸਾਰ ਭਵਜਲ ਤੋਂ ਪਾਰ ਉਤਾਰਨ ਨਿਸ਼ਚਿਤ ਹੈ ਜੇ ਸਿਮਰਨ ਨਾ ਹੀ ਤੋ ਇਹ ਕੰਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੇ ਤੂੰ ਕਿਸੇ ਵਕਾਰਾਂ ਦਾ ਪਾਣੀ ਨਹੀਂ ਪਰੇਗਾ ਕਿਤੇ ਆਤਮਕ ਡਾਵਾਂ ਡੋਲਤਾ ਵਿੱਚ ਨਹੀਂ ਪਵੇਂਗਾ ਕਿਸੇ ਦੀ ਮੁਛੰਦਗੀ ਨਹੀਂ ਕਰਨੀ ਪਵੇਗੀ ਮਹਾਰਾਜ ਕਹਿੰਦੇ ਨੇ ਇੱਕ ਮੰਦਰ ਸੋਵੇਂ ਪਟੰਬਰ ਤਾਨ ਜਿਵੇਂ ਕੋਈ ਸੁਖੀ ਬੰਦਾ ਨਿਸ਼ਚਿੰਤ ਬੰਦਾ ਆਪਣੇ ਘਰ ਮੰਦਰ ਵਿੱਚ ਕੱਪੜਾ ਤਾਨ ਕੇ ਆਰਾਮ ਨਾਲ ਸੌਂਦਾ ਹੈ ਜਾਨੀ ਕਿ ਚਿੰਤਾ ਰਹਿਤ ਜੀਵਨ ਹੋ ਜਾਏਗਾ ਤੇਰਾ ਅੰਦਰੋਂ ਚਿੰਤਾਵਾਂ ਤੈਨੂੰ ਖੋਰਾ ਨਹੀਂ ਲਾਉਣਗੀਆਂ ਜਿੰਨਾ ਚੀਜ਼ਾਂ ਦੀ ਤੂੰ ਚਿੰਤਾ ਕਰਦਾ ਉਹਨਾਂ ਦੇ ਸੱਚ ਤੇਰੇ ਅੰਦਰ ਗੰਢਾਂ ਖੁੱਲ ਜਾਣਗੀਆਂ ਕਿ ਕਾਦੀ ਚਿੰਤਾ ਹੋ ਰਹੀ ਹੈ ਕੀ ਹੈ ਕੀ ਮਹਾਰਾਜ ਫਰਮਾਉਂਦੇ ਨੇ ਸੇਜ ਸੁਖਾਲੀ ਬਿਸੈ ਜਿਓ ਹਿਰਦੇ ਦੀ ਸੇਜ ਸੁਖ ਭਰੀ ਹੋ ਜਾਏਗੀ ਤੇ ਜਿਓ ਜਿੰਦ ਸਦਾ ਵਗਾਸ ਵਿੱਚ ਖੇੜੇ ਵਿੱਚ ਰਹੇਗਾ ਅੰਦਰ ਹੁਲਾਸ ਰਹੇਗਾ ਸੋ ਸਿਮਰਨ ਤੁੰਨ ਦਿਨ ਪੀਓ ਇਹ ਨਾਮ ਦਾ ਸਿਮਰਨ ਦਾ ਨਾਮ ਅੰਮ੍ਰਿਤ ਜਿਹੜਾ ਇਹਨੂੰ ਤੂੰ ਹਰ ਵੇਲੇ ਅਨ ਦਿਨ ਰੋਜ਼ ਕੰਟੀਨਿਊ ਪੀਂਦਾ ਰਹੇ ਲਗਾਤਾਰ ਇਸਦਾ ਸੇਵਨ ਕਰ ਜੇ ਸਿਮਰਨ ਤੇਰੀ ਜਾਇ ਵੜਾਏ ਬੜਾ ਆਪਾ ਵਿਪਦਾ ਨੂੰ ਕਹਿੰਦੇ ਕੋਈ ਮੁਸ਼ਕਲ ਆ ਪਏ ਆਪਾਂ ਕਹਿੰਦੇ ਨਵੀਂ ਬੜਾ ਛੜ ਗਈ ਜਾਂ ਬੜਾ ਮਗਰ ਪੈ ਗਈ ਮਹਾਰਾਜ ਕਹਿੰਦੇ ਨੇ ਉਹ ਵਿਪਦਾਂਵਾਂ ਜਿਨ੍ਹਾਂ ਦਾ ਤੇਰੇ ਅੰਦਰ ਸਹਿਮ ਹੈ ਕਈ ਵਾਰ ਵਿਪਦਾ ਹੁੰਦੀ ਹੈ ਤੇ ਕਈ ਵਾਰ ਨਹੀਂ ਹੁੰਦੀ ਵਿਪਦਾ ਦਾ ਡਾਰੀ ਤੁਹਾਨੂੰ ਵਿਖਾਈ ਦਿੰਦਾ ਰਹਿੰਦਾ ਹੈ ਉਹ ਅਸੀਂ ਚੁੱਕ ਕੇ ਭਾਰ ਤੁਰਦੇ ਹਾਂ ਉਹਨੋਂ ਅਸੀਂ ਕਹਿੰਦੇ ਸਾਡੇ ਅਚੇਤ ਮਨ ਚ ਇੱਕ ਚੀਜ਼ ਬਹਿ ਜਾਂਦੀ ਉਹ ਬੈੰਦੀ ਤਾਂ ਹੈ ਕਿ ਅਸੀਂ ਰਾਹ ਉਹ ਚੁਣਿਆ ਉਹਦੇ ਹੀ ਸਾਨੂੰ ਝੋਲੇ ਪੈਂਦੇ ਰਹਿੰਦੇ ਬਾਦਰ ਸ਼ਾਹ ਪੰਜਾਬ ਹੋਂ ਇੱਕ ਸਿੱਖਾਂ ਦੀ ਕਤਲੇਆਮ ਦੇ ਹੁਕਮ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦਾ ਇਹ ਲਿਖਤ ਹੈ ਉਹ ਫੜਨਾ ਆਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਨਹੀਂ ਕਿੰਨੇ ਹੀ ਬੇਗੁਨਾਹ ਸਿੱਖ ਹੁਣ ਕਤਲ ਕੀਤੇ ਜਦੋਂ ਬੰਦੇ ਦੇ ਅੰਦਰ ਵਿਰੋਧਤਾ ਦੀ ਅੱਗ ਲੱਗੀ ਹੋਵੇ ਉਹਦੇ ਲਈ ਗੁਨਾਹ ਬੇਗੁਨਾਹ ਉਹਦੇ ਲਈ ਕੀ ਸਹੀ ਕੀ ਗਲਤ ਸਭ ਫਰਕ ਮਿਟ ਜਾਂਦਾ ਹੈ ਜਿਵੇਂ ਅੱਗ 'ਚ ਸੜ ਕੇ ਸਾਧ ਵੀ ਰਾਖ ਹੁੰਦਾ ਤੇ ਚੋਰ ਵੀ ਰਾਖ ਹੁੰਦਾ ਹੈ ਅੱਗ ਧਰਮ ਮੰਦਰ ਦੀਆਂ ਕੰਧਾਂ ਨੂੰ ਵੀ ਕਾਲੀਆਂ ਕਰਦੀ ਏ ਤੇ ਪਾਪ ਦੇ ਹੱਡਿਆਂ ਨੂੰ ਵੀ ਸਾੜ ਕੇ ਸੁਆਹ ਕਰਦੀ ਅੱਗ ਦੇ ਲਈ ਸਭ ਬਰਾਬਰ ਹੁੰਦਾ ਨਫ਼ਰਤ ਲਈ ਸਾਰੇ ਹੀ ਬਰਾਬਰ ਹੋ ਜਾਂਦੇ ਉਹਨੇ ਬੇਗੁਨਾਹ ਲੋਕਾਂ ਦੀ ਕਤਲੇਆਮ ਕਰਵਾਈ ਉਹਦੇ ਸ਼ਮਿਆਨੇ ਲੱਗੇ ਸਨ ਕਲਾਨੌਰ ਆਇਆ ਹੋਇਆ ਸਿੰਘ ਹਿੰਮਤ ਤੇ ਬੰਦਾ ਸਿੰਘ ਬਹਾਦਰ ਨੂੰ ਫੜਨ ਔਰ ਮਾਨਸਿਕ ਬਿਮਾਰ ਹੋ ਗਿਆ ਖੋਰੇ ਉਹਦੇ ਅੰਦਰ ਪੈ ਬਾਬਾ ਬੰਦਾ ਸਿੰਘ ਬਹਾਦਰ ਦਾ ਪੈ ਗਿਆ ਕੁਝ ਉਹਦੇ ਆਪਣੇ ਪਾਪ ਕੰਬਦੇ ਸਨ ਕਿੰਨਾ ਤਾਮ-ਚਾਮ ਹੁੰਦਾ ਹੈ ਬਾਦਸ਼ਾਹਾਂ ਦੇ ਨਾਲ ਉਹਨਾਂ ਦੀ ਤਾਂ ਰੋਟੀ ਵੀ ਚੱਕ ਹੋ ਕੇ ਜਾਂਦੀ ਹੈ ਕਈ ਵਾਰ ਸੁੱਖ ਤੁਹਾਡਾ ਰੋਗ ਬਣਦਾ ਹੈ ਉਹ ਰਾਤ ਦੇ ਸਮੇਂ ਉੱਠ ਕੇ ਬਹਿ ਜਾਂਦਾ ਜਿਹੜੇ ਸ਼ਾਹੀ ਹਕੀਮ ਸਾਰੇ ਉਹਦੇ ਕੋਲ ਖੜੇ ਰਹਿੰਦੇ ਉਨ ਬਾਹਰ ਜਦੋਂ ਸ਼ਮਿਆਨੇ ਲੱਗੇ ਨੇ ਘੋੜੇ ਨੇ ਣਕੜਾਈ ਐ ਉਹ ਤਾਂ ਵੀ ਉੱਠ ਕੇ ਬਹਿ ਜਾਂਦਾ ਕਦੇ ਉਹਨੂੰ ਝੋਲਾ ਪੈਂਦਾ ਵੀ ਸਿੱਖ ਆ ਗਏ ਨੇ ਕੁੱਤੇ ਭੌਂਕਦੇ ਉਹ ਤਾਂ ਵੀ ਡਰ ਕੇ ਬਹਿ ਜਾਂਦਾ ਹਵਾ ਦੇ ਨਾਲ ਸ਼ਮਿਆਨੇ ਦੇ ਪੱਲੇ ਹਿਲਦੇ ਉਹਨੂੰ ਉਦੋਂ ਵੀ ਵੈਦਾਂ ਨੇ ਉਹਨੂੰ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ ਉਹਦਾ ਇਲਾਜ ਨਜੂਮੀ ਆਏ ਕਾਜ਼ੀ ਆਏ ਕੁਰਾਨ ਦੇ ਕਲਮੇ ਪੜਨ ਲੱਗੇ ਜਿਹੜਾ ਕਲਮਾ ਬਹਾਦਰ ਸ਼ਾਹ ਨੂੰ ਪੜ੍ਹਨਾ ਚਾਹੀਦਾ ਸੀ ਉਹ ਕਾਜ਼ੀ ਦੇ ਪੜੇ ਨਾਲ ਉਹਨ ਕੀ ਅਸਰ ਹੋਣਾ ਸੀ ਕਲਮਾ ਤੇ ਕਾਜੀ ਪੜ ਰਿਆ ਸੀ ਤੇ ਸਨਕ ਭਾਦਰ ਸ਼ਾਹ ਨੂੰ ਹੋਇਆ ਸੀ ਜਿਹੜਾ ਵਕਤ ਭਾਦਰ ਸ਼ਾਹ ਕੋਲ ਕਲਮੇ ਪੜ੍ਹਦਾ ਸੀ ਉਦੋਂ ਤੱਕ ਉਹ ਫਤਵੇ ਜਾਰੀ ਕਰਵਾ ਰਿਆ ਸੀ ਵੀ ਇਹਨੇ ਬੰਦੇ ਕਤਲ ਕਰਦੇ ਹੋ ਤੇ ਇਹਨੂੰ ਕਤਲ ਕਰਦੇ ਹੋ ਤੇ ਇਹਨੂੰ ਕਤਲ ਕਰਦੇ ਹੋ ਫਰਕ ਹੈ ਜ਼ਖਮ ਕਿਸੇ ਦੇ ਹੈ ਦਵਾਈ ਕੋਈ ਆਪਣੀ ਜ਼ਬਾਨ ਤੇ ਮਿਲ ਜਾਂਦਾ ਕਿਵੇਂ ਫਰਕ ਮਿਟੇ ਨੜੀ ਅਲਾ ਦਾ ਇਨਸਾਫ ਵੀ ਤੇ ਕੋਈ ਚੀਜ਼ ਹੈ ਇਤਨਾ ਤਾਂ ਦੁਨੀਆ ਦਾ ਹਰ ਗੁਨਾਹਗਾਰ ਕਲਮੇ ਪੜ ਕੇ ਬਰੀ ਹੋ ਜਾਏ ਫਿਰ ਉਹਦੇ ਨਿਆਂ ਦਾ ਉਹਦੇ ਇਨਸਾਫ ਦੇ ਤਕਾਜ਼ੇ ਉਹਦੀ ਤਕੜੀ ਦਾ ਕੀ ਬਣੇ ਖਿਆਲ ਵਿੱਚ ਰੱਖੀਏ ਧਰਮ ਮਾਰਗ ਸਾਡੀ ਪਾਪ ਬਿਰਤੀ ਤੇ ਸਭ ਤੋਂ ਪਹਿਲਾਂ ਪ੍ਰਹਾਰ ਕਰਦਾ ਹੈ ਪਰ ਅਹ ਕਰ ਕਰੇ ਸੋਇ ਕਰ ਪਾਏ ਕੋਈ ਨਾ ਪਕੜੀਏ ਕਿਸੇ ਦੇ ਥਾਂ ਇਹ ਵੀ ਇਨਸਾਫ ਦਾ ਤਕਾਜ਼ਾ ਵੈਦਾਂ ਨੂੰ ਮੰਤਰੀਆਂ ਨੇ ਪੁੱਛਿਆ ਵੀ ਬਾਦਸ਼ਾਹ ਸਲਾਮਤ ਨੂੰ ਕੀ ਸਮੱਸਿਆ ਹੈ ਉਹ ਕਹਿੰਦੇ ਜੀ ਇਹਨੂੰ ਤਾਂ ਸਨਕ ਹੋ ਗਿਆ ਹੈ। ਮੈਂਟਲੀ ਡਿਸਟਰਬ ਹੈ। ਇਹ ਖੁਦ ਤੋਂ ਡਰਨ ਲੱਗ ਪਿਆ। ਇਹ ਆਪਣੇ ਸਾਹ ਦੀ ਆਵਾਜ਼ ਤੋਂ ਡਰਦਾ ਹੈ। ਤੇ ਇੰਨਾ ਡੂੰਘਾ ਰੋਗ ਜਿੰਨੂੰ ਹੋ ਜਾਏ ਉਹਦਾ ਕੀ ਇਲਾਜ ਹੈ? ਅਸੀਂ ਤਾਂ ਇਹਨੂੰ ਸੌਣ ਦੀਆਂ ਦਵਾਈਆਂ ਦੇ ਸਕਦੇ ਹਾਂ ਫਿਰ ਵੀ ਉੱਠ ਕੇ ਬਹਿ ਜਾਂਦਾ ਹੈ। ਭਾਂਡੇ ਖੜਕਦੇ ਦੇ ਲਈ ਰੋਟੀ ਲਈ ਆਈ ਦੀ ਹੈ ਭਾਂਡਾ ਖੜਕਦਾ ਤਾਂ ਡਰਦਾ ਹੈ। ਹੁਣ ਵੈ ਤਾਂ ਸਰੀਰ ਦਾ ਸਰੀਰ ਦੀ ਸਮੱਸਿਆ ਨੂੰ ਕਾਊਂਟਰ ਕਰ ਸਕਦਾ ਹੈ ਪਰ ਇਹ ਤਾਂ ਦੀ ਕਮਾਈ ਹੈ ਜਿਹੜੀ ਉਹਨੇ ਕੀਤੀ ਹੈ ਦੁਨੀਆ ਨੂੰ ਡਰਾਉਂਦਾ ਡਰਾਉਂਦਾ ਡਰਦਾ ਆਪ ਝਾਨੋਂ ਤੁਰ ਗਿਆ ਇੰਨੇ ਉਪਚਾਰ ਇੰਨੇ ਸਾਧਨ ਇੰਨੀ ਸੇਵਾ ਇੰਨੀ ਰੱਖਿਆ ਇਹਨਾਂ ਸਾਰਾ ਕੁਝ ਹੁਣ ਉਸ ਬੰਦੇ ਨਾਲ ਤੁਸੀਂ ਕੰਪੇਅਰ ਕਰੋ ਕੱਖਾਂ ਦੀ ਕੁਲੀ 'ਚ ਰਹਿਣ ਵਾਲਿਆਂ ਕੁੱਤੇ ਵੀ ਭੌਂਕਦੇ ਨੇ ਬਿੱਲੀਆਂ ਵੀ ਰੋਂਦੀਆਂ ਨੇ ਘੋੜੇ ਵੀ ਹੀੜਕਦੇ ਨੇ ਨੇਰੀਆਂ ਵੀ ਆਉਂਦੀਆਂ ਨੇ ਰਾਮ ਨਾਲ ਜਦੋਂ ਉਹਨੂੰ ਨੀਂਦ ਆਉਂਦੀ ਉਦੋਂ ਸੌਂ ਹੀ ਜਾਂਦਾ। ਉਦੋਂ ਬਾਦਸ਼ਾਹ ਹਵਾ ਦੇ ਨਾਲ ਹਿਲਦੇ ਪੱਲਿਆਂ ਕਰਕੇ ਉੱਠ ਕੇ ਬੈਠ ਕੇ ਆਵਾਜ਼ਾਂ ਨਹੀਂ ਮਾਰਦਾ। ਬਸ ਇਹ ਫਰਕ ਹੈ। ਇਹਦੇ ਸੁੱਖ ਦੇ ਵਿੱਚੋਂ ਕੀ ਨਿਕਲਿਆ? ਜਿਹਨੂੰ ਅਸੀਂ ਦੁਖੀ ਕਹਿੰਨੇ ਆ ਉਹ ਤਾਂ ਨੀਂਦ ਪਰ ਸੌਂ ਰਿਹਾ। ਜਿਸ ਦਿਨ ਬੰਦਾ ਇਹ ਭੇਤ ਜਾਣ ਲਏਗਾ। ਉਦੋਂ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਤਰਸੇਗਾ ਨਹੀਂ ਘਟੋ ਘਟ ਕਿਸੇ ਉਹਨੂੰ ਸੁਖ ਦੀ ਅਸਲ ਸਥਿਤੀ ਸਮਝ ਚਾਹੀਏ ਕਿ ਸੁਖ ਅਸਲ ਚ ਹੈ ਕੀ ਗਰੀਬ ਨਵਾਜ਼ ਫਰਮਾਉਂਦੇ ਨੇ ਜੇ ਸਿਮਰਨ ਤੁਜ ਪੋਹ ਹੈ ਨਾ ਮਾਇ ਤੈਨੂੰ ਮਾਇਆ ਪੋ ਨਹੀਂ ਸਕੇਗੀ ਸਿਮਰ ਸਿਮਰ ਹਰ ਹਰ ਮੰਗਾਈ ਉਹਨੂੰ ਸਿਮਰ ਸਿਮਰ ਕੇ ਉਸ ਹਰੀ ਨੂੰ ਉਸ ਪਰਮੇਸ਼ਰ ਨੂੰ ਮੰਨ ਕਰਕੇ ਗਾਈਏ ਮੰਨ ਕਰਕੇ ਉਹਦੀ ਸਿਫਤੋ ਸਲਾਹ ਵਿੱਚ ਜੁੜੀਏ ਜੇ ਸਿਮਰਨ ਇਹ ਸਿਮਰਨ ਸਤਿਗੁਰ ਤੇ ਪਾਈ ਹੈ ਪਰ ਯਾਦ ਰੱਖੀਏ ਸਿਮਰਨ ਦੀ ਦਾਤ ਸੱਚੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਚੋਂ ਮਿਲਦੀ ਹੈ। ਇਹ ਨੇਰੀਆਂ ਗੁਫਾਵਾਂ ਚ ਬਹਿ ਕੇ ਰੱਬ ਰੱਬ ਕੀਤੇ ਆ ਨਹੀਂ ਮਿਲਣੀ। ਇਹ ਸਿਮਰਨ ਸਤਿਗੁਰ ਤੇ ਪਾਈ ਹੈ ਜੇ ਤੇਰਾ ਰਿਲੇਸ਼ਨ ਸਤਿਗੁਰੂ ਨਾਲ ਨਹੀਂ ਬਣਿਆ। ਇਹ ਨਾਮ ਇਹ ਸਿਮਰਨ ਗੁਰੂ ਦੀ ਸਾਂਝ ਵਿੱਚੋਂ ਮਿਲਣਾ ਚੇਤੇ ਚ ਰੱਖਿਓ। ਗੁਰੂ ਦੀ ਸਾਂਝ ਵਿੱਚੋਂ ਸ਼ਬਦ ਦੇ ਅਸਰ ਥੱਲੇ ਸਿਮਰਨ ਹੋਣਾ ਹੈ ਜੇ ਸ਼ਬਦ ਦਾ ਅਸਰ ਕਬੂਲ ਨਹੀਂ ਕੀਤਾ ਤੇ ਮੁੱਖੋਂ ਹਾਰਾ ਸਭ ਕੋ ਕਹੈ ਮਿਰਲੇ ਹਿਰਦੇ ਵਸਾਇਆ ਨਾਨਕ ਜਿਨ ਕਾ ਹਿਰਦੇ ਵਸਿਆ ਮੋਖ ਮੁਕਤਿ ਤਨ ਪਾਇਆ ਇਹ ਬਾਣੀ ਚ ਫਿਰ ਕੀ ਦੇ ਲਿਖਿਆ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਤੋਂ ਸਹਿਬ ਸਤਿਗੁਰੂ ਜੀ ਫਰਮਾਉਂਦੇ ਨੇ ਸਦਾ ਸਦਾ ਸਿਮਰ ਦਿਨ ਰਾਤ ਦਿਨ ਰਾਤ ਸਦਾ ਹਰ ਵੇਲੇ ਉਹਦਾ ਚਿੰਤਨ ਕਰ ਚੇਤਾ ਕਰ ਉਠਤ ਬੈਠਤ ਸਾਸ ਗਿਰਾਸ ਉੱਠਦੇ ਆਂ ਬੈਂਦੇ ਆਂ ਹਰ ਸਾਹ ਨਾਲ ਹਰ ਗ੍ਰਾਈ ਨਾਲ ਇਹਦਾ ਮਤਲਬ ਹੈ ਵੀ ਇਹਨੂੰ ਪਰਮਾਨੈਂਟਲੀ ਆਪਣੇ ਜੀਵਨ ਦਾ ਅੰਗ ਬਣਾ। ਇਹ ਕੋਈ ਮਹੀਨੇ ਮਸਿਆਂ ਦਾ ਕੰਮ ਨਹੀਂ। ਇਹ ਡੇਲੀ ਰੁਟੀਨ ਦਾ ਕੰਮ ਹੈ। ਸਤਿਗੁਰੂ ਕਹਿੰਦੇ ਜਾਗ ਸੋਏ ਸਿਮਰਨ ਰਸ ਭੋਗ ਜਾਗਦਿਆਂ ਸੌਂਦਿਆਂ ਸਿਮਰਨ ਦਾ ਰਸ ਮਾਣ ਉਹਦਾ ਚੇਤਾ ਰੱਖ ਉਹਦੇ ਖਿਆਲਾਂ ਚ ਰਹੇ ਹਰ ਸਿਮਰਨ ਪਾਈਏ ਸੰਜੋਗ ਇਹ ਗੁਰੂ ਜਦੋਂ ਵੱਡੇ ਭਾਗ ਬਖਸ਼ਦਾ ਹੈ ਬਖਸ਼ਿਸ਼ ਕਰਦਾ ਹੈ ਤਾਂ ਇਹ ਸਿਮਰਨ ਦੀ ਦਾਤ ਮਿਲਦੀ ਹੈ ਜੇ ਸਿਮਰਨ ਨਾਹੀ ਤੁਜ ਭਾਰ ਜੇ ਸਦਕਾ ਤੇਰੀ ਆਤਮਾ ਤੇ ਬੋਝ ਨਹੀਂ ਰਹਿੰਦਾ ਨਾ ਪਾਪ ਹੋਏਗਾ ਨਾ ਬੋਝ ਪਏਗਾ ਹਜ਼ੂਰ ਕਹਿੰਦੇ ਸੋ ਸਿਮਰਨ RAM ਨਾਮ ਆਦਾਰ ਇਹ ਚਿੰਤਨ ਦੇ ਨਾਲ ਹੀ ਪਰਮੇਸ਼ਰ ਦੇ ਸਰਵ ਵਿਆਪਕ ਵਾਹਿਗੁਰੂ ਦੇ ਹੋਣ ਦਾ ਅਹਿਸਾਸ ਹੁੰਦਾ ਹੈ ਤੇ ਇਹੀ ਜੀਵਨ ਦਾ ਆਧਾਰ ਆਸਰਾ ਬਣਦਾ ਹੈ ਕਹ ਕਬੀਰ ਜਾ ਕਾ ਨਹੀਂ ਅੰਤ ਇੱਕ ਵੀ ਰਾਗ ਐਸਾ ਸਿਮਰਨ ਕਰ ਜਿਸ ਦਾ ਕੋਈ ਪਾਰਾ ਵਾਰ ਨਹੀਂ ਬੇਅੰਤ ਹੈ ਅਥਾ ਹੈ ਜੀ ਦੀ ਬਖਸ਼ਿਸ਼ ਨੂੰ ਮਾਨਦਿਆ ਬੰਦਾ ਅੰਮ੍ਰਿਤ ਦੇ ਸਾਗਰ ਚ ਤਾਰੀ ਲਾਉਂਦਾ ਤਿਸ ਕੇ ਅੱਗੇ ਤੰਤ ਨ ਮੰਨਦਾ ਤੇ ਦੋ ਸ਼ਬਦ ਆਉਂਦਾ ਕੋਈ ਤੰਤਰ ਮੰਤਰੇ ਦੇ ਅੱਗੇ ਚੋਰ ਅਜਮਾਈ ਨਹੀਂ ਕਰ ਸਕਦਾ ਯਾਨੀ ਹਰ ਤੰਤਰ ਮੰਤਰੇ ਦੇ ਅੱਗੇ ਫੇਲ ਹੈ ਤੰਤਰ ਇੱਕ ਮਾਰਗ ਹੈ ਭਾਰਤ ਵਿੱਚ ਤੇ ਮੰਤਰ ਸiddhi ਧਾਰਮਿਕ ਲੋਕਾਂ ਦੇ ਬਹੁਤ ਆਕੀਦਿਆਂ ਵਿੱਚ ਸ਼ਾਮਲ ਹੈ ਤੰਤਰ ਵਿਦਿਆ ਤੇ ਤੰਤਰ ਮਾਰਗ ਇੱਕ ਬਹੁਤ ਵੱਡਾ ਸੰਪਰਦਾਇ ਹੈ ਭਾਰਤ ਵਿੱਚ ਕਬੀਰ ਜੀ ਨੇ ਉਹਨਾਂ ਨੂੰ ਵੀ ਨਕਾਰਿਆ ਆਖਿਆ ਉਹਨਾਂ ਦੇ ਮੰਤਰ ਤੇ ਕੀ ਤੰਤਰ ਸ਼ਾਸਤਰ ਤੇ ਕੀ ਤਾਤਰਿਕ ਵਿਦਿਆ ਸਭ ਇਸ ਸਿਮਰਨ ਤੋਂ ਬਹੁਤ ਤੁਛ ਨੇ ਬਹੁਤ ਛੋਟੀਆਂ ਨੇ ਇਹਦੀ ਬਖਸ਼ਿਸ਼ ਸਭ ਤੋਂ ਉੱਚੀ ਹੈ ਸਾਹਿਬ ਕਿਰਪਾ ਕਰਨ ਭਗਤ ਜੀ ਮਹਾਰਾਜ ਦਾ ਇਹ ਮੁਬਾਰਕ ਉਪਦੇਸ਼ ਸਾਡੇ ਮਨ ਮਸਤਕ ਦਾ ਹਿੱਸਾ ਬਣੇ ਹਜ਼ੂਰ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ